अस्सलाम वालेकुम। उम्मीद करदा सारे खरीयत नाल हो, देसी भी खरीयत नाल। अज मौसम खराब है, जान को नहीं है। मैं खतवान अज विखाउने आ रोटावेटर सी आंदी है उमर वालेयां दी, ते ए मेरे वड्डे भाई हरी ने इन्हां को मजीद दे बारे पुछदे आ वी की इहदी खसूसियात नो जां की इन्हां चीज़ां जिहड़ियां ने दे विच उह चेंज होणियां तां ठीक है, अगर कोई खामी है तां उह पुछदे आ, अगर ये मुकम्मल है ठीक बेहतरीन ने जां इस्तेमाल जिहड़ा उहदे बारे पुछदे आ सारा। आ जाओ चलते हैं, तुम विखाने सारा। ए भाई और इन्होंने को मजीद पुछते हैं रोटावेटर के बारे च, कितने फाई या की साइज़ है? भाई 60 फाई रोटावेटर है, उमर आया उमर आर भी दूजा इन्हों बुलेश यू 786 इन्हों का कोड है। ठीक हो गया, चलाई तो ये बेहतरीन है, तो हौली है, ट्रैक्टर तंग नहीं करती। ठीक हो गया। ਇਹਦਾ ਮਟੀਰੀਅਲ ਇੱਕ ਆ ਮਿਸਾਲ ਜਟਕੀ ਬਣੀ ਹੈ ਵਲੈਤੀ ਹੈ ਕਿ ਦੇਸੀ ਹੈ, ਇਹ ਟੋਟਲ ਸਾਰੀ ਵਲੈਤੀ ਹੈ, ਇਹਦੇ ਦੇਸੀ ਕੋਈ ਨਹੀਂ ਬਾਤ। ਠੀਕ ਹੋ ਗਿਆ। ਸਾਰਾ ਇੰਪੋਰਟਡ ਗਰਾਰੀ ਬਾਕੀ ਸਾਰਾ ਟੋਟਲ ਸਭ ਤੋਂ ਮੇਨ ਮਸਲਾ ਇਹ ਨਹੀਂ ਹੁੰਦਾ ਹੈ ਰੂਪਾਂ ਵਿੱਚ ਅਕਸਰ ਚਲਾਉਣ ਲੱਗਿਆ ਨਵੀਆਂ ਵੀ ਹੋਣ ਉਹਨਾਂ ਦੀ ਥੋੜ੍ਹਾ ਜਿਹਾ ਚੱਲਣਾ ਤੇ ਉਹਨੂੰ ਸਸਤਾ ਬਣ ਜਾਂਦਾ ਹੈ। ਕ੍ਰਾਸ ਦਾ अपनी कोई मसला मसायल नहीं, हां ग्रीस श्रीस जी रही ट्रैक्टर नु तंग शंग करना है। ट्रैक्टर जी कोई तंग नहीं करनी, साडे कोल अग्गे 48 पार रोटावेटर हो जी, खुली आंदी इत्थे जोड़ी आई ना अक्सर दूजिया रोटावेटर तुम वेखे इतने ना कुप्पे जा लगे हो सन जिदा विच तेल होंदा है, ये आबे पता दूरों इंज सही होंदा है भाई, आबे दे विच ना ग्रीस होंदी है, लेकिन ये ग्रीस नहीं है, तेल ही है दे विच। मैं आप भी पाए तो नहीं समझाए भाई दे विच ग्रीस होंदी है, ए नट जिस मैं नट खोलिया वेख्या तो विच तेल आई, तो इस तो कोई चीज़ लग भी जाए ना मसला ना बने, बा उटापा जा दूजिया लगना होंगे ना वो कोई चीज़ लगे ना तो लीक ठीक हो जाता है, ਇਹਦਾ ਕੋਈ ਨਹੀਂ ਮਸਲਾ, ਕੋਈ ਸ਼ਾਇਦ ਲੱਗ ਵੀ ਜਾਵੇ ਨਾ ਇਹ ਕੋਈ ਨਹੀਂ ਕਿਸੇ ਕਿਸਮ ਦਾ ਕੋਈ ਮਸਲਾ ਬਣਦਾ। ਬਾਕੀ ਇਹਦੇ ਪੈਰ ਨੂੰ ਹੈ ਥੱਲੇ ਐਡਜਸਟੇਬਲ, ਦੂਜਿਆਂ ਦੇ ਦੋਵਾਂ ਬਣੇ ਜੀ ਕਾਬਲੇ ਖੋਲੋ ਤੇ ਇਹ ਠਾਉਂ ਦਾ ਥੱਲੇ ਕਾਬਲੇ ਮੁੜ ਪਾਓ ਜੀ ਖੋਲੋ, ਇਹ ਤਾਂ ਐ ਵੇਖੋ ਨਾ ਦੰਦੇ ਗਿਰਾਰੇ ਬਣੇ ਦੰਦੇ ਬਣੇ ਹੋਏ ਨੇ, ਜਿਤਨੇ ਦੰਦੇ ਤੁਸੀਂ ਹੇਠਾਂ ਤਾਂ ਚੜ੍ਹੇ ਐਨ ਸਿਰਫ ਢਿੱਲਿਆ ਕਰਨਾ ਹੈ, ਪੈਰ ਥੱਲੇ ਕਰਨੇ ਹੇਠਾਂ ਕਰ ਲਓ, ਉਤਾਂ ਕਰਨੇ ਨੂੰ ਉਤਾਂ ਕਰ ਲਓ, ਜਿਤਨੇ ਦੰਦੇ ਐਡਜਸਟ ਆਪਣੇ ਹਿਸਾਬ ਨਾਲ। ਬਾਕੀ ਇਹਦਾ ਆਸਾਨ ਤੇ ਬੜੀ ਬਿਹਤਰੀਨ ਲੱਗੀ ਜੀ, ਤੇ ਹੋਰ ਇਹਦੇ ਨਾਂ ਤੋਂ ਵੀ ਹੈ ਕਾਫੀ ਇਹਦਾ ਸ਼ੇਪ ਦਾ ਰਲਦੀਆਂ ਮਿਲਦੀਆਂ ਗਿਆ ਰੋਟਾਵੇਟਰ, ਉਮਰ ਵੀ ਇੱਕ ਮੇਰਾ ਖਿਆਲ ਨਿਕਲੀ ਹੋਈ ਹੈ ਜੀ, ਆ ਨਿਕਲੀ ਗਿਆ ਉਮਰ ਵੀ, ਇਹਦੀ ਸ਼ੇਪ ਵੀ ਇਹਦੀ ਅੱਜ ਵੀ ਹੈ ਕਟੰਗ ਉਤੋਂ ਉੱਤੇ ਸਾਰਾ ਹਿਸਾਬ ਸਾਬ ਇਹ ਨਹੀਂ, ਤੇ ਇੰਪੋਰਟੈਂਟ ਇਹਦਾ ਬੜੀ ਬਿਹਤਰੀਨ ਨਾਲ ਅਸੀਂ ਲੈਣ ਗਏ ਸੀ ਨਾ ਗੁਜਰਾਲੇ ਇੰਡਸਟਰੀ ਵਿੱਚੋਂ ਹੀ ਆਉਂਦੀ ਹੈ,
ਉਹ ਬਹਿਰੰਗ ਉਹ ਸਾਰੀਆਂ ਜਨਾਨੀਆਂ ਜਿਹੜੀਆਂ ਇਸਤੇਮਾਲ ਕਰਦੇ ਨਾ ਉਹ ਅਸਾਂ ਦਿਖਾਈਆਂ ਹਨ ਬੜੀਆਂ ਬੇਹਤਰੀਨ ਹਾਈ ਕੁਆਲਿਟੀ ਦੀਆਂ ਹਨ। ਇਹ ਨਾ ਗੇਅਰ ਬਾਕਸ ਹੈ ਨਾ ਤੇ ਬਾਕੀ ਇਹ ਸਾਰੇ ਇਸੇ ਪਾਰਟਸ ਉਹ ਨਾ ਇਹ ਨਾ ਹੀਟ ਗਰਮ ਹੋਣ ਦੀ ਸਾਨੂੰ ਗਰੰਟੀ ਦਿੱਤੀ ਜਾਏ ਵਾਈਬ੍ਰੇਟ ਇੱਕ ਦੂਜੀ ਇਹ ਗਰਮ ਹੋ ਜਾਵੇ ਸਾਲ ਦੇ ਅੰਦਰ ਅੰਦਰ ਬਾਇ ਚੀਜ਼ ਤੁਹਾਡੀ ਗਰਮ ਹੋਵੇ ਉਹ ਮਸਲਾ ਮਸਾਲ ਬਣੇ ਇੱਕ ਸਾਲ ਪੂਰੇ ਦੀ ਗਰੰਟੀ ਲੇਕਿਨ ਅਜੇ ਤੱਕ 2 ਸਾਲ ਹੋ ਗਏ ਨਾ ਸਾਡੇ ਕਾਬਲਾ ਤੱਕ ਵੀ ਨਹੀਂ ਛੇੜਿਆ ਕੋਈ ਗਰਮ ਨਹੀਂ ਹੁੰਦੀ ਸਾਰਾ ਸਾਰਾ ਦਿਨ ਅਸੀਂ ਚਲਾਈ ਦੀ ਹੈ ਬਿਲਕੁਲ ਕੋਈ ਮਸਲਾ ਨਹੀਂ ਕੋਈ ਕਿਸੇ ਕਿਸਮ ਦਾ ਰੇੜਾ ਨਹੀਂ ਉਹ ਵਾਧਾ ਘਾਟਾ ਨਹੀਂ ਬਾਕੀ ਇਹਦੇ ਇਹ ਸਾਈਡ ਤੇ ਟਾਪਾ ਇਹਦੇ ਵਿੱਚ ਇਹ ਲੱਗਿਆ ਵੇਖੋ ਨਾ ਇਹ ਨਜ਼ਦੀਕ ਜ਼ਰਾ ਕਰਿਆ बाकी एक होर बंदा सुनाई आप बैरंग अगे सीलां ਇਹ ਸੀਲਾਂ ਉਹਨਾਂ ਦੀ ਇੰਨੀਆਂ ਵਿੱਚ ਪਾਈਆਂ ਨੇ ਉਹਨਾਂ ਇੱਕ ਸਾਲ ਤੱਕ ਉਹਨਾਂ ਆਖਿਆ ਬਸ ਸਾਡੀ ਗਰੰਟੀ ਹੈ ਤੁਸੀਂ ਵਿਸ਼ਾਕ ਨਾ ਗਦਾਲੇ 'ਚੋ ਪਾਣੀ 'ਚੋ ਜਿਹਦੇ ਦਿਲ ਹੈ ਤੁਸੀਂ ਚਲਾਓ ਅਗਰ ਪਾਣੀ ਪੈ ਗਿਆ ਨਾ ਤਾਂ ਉਹ ਅਸੀਂ ਸਾਰੀ ਅਸੀਂ ਉਹ ਕਰਾਂਦੇ ਇਹਦਾ ਚੇਂਜਿੰਗ ਕਰਾਂਦੇ ਜਾਂ ਜਿਵੇਂ ਵੀ ਕੀਤਾ ਸਾਡੀ ਬਾਈ ਇੱਕ ਸਾਲ ਤੱਕ ਗਰੰਟੀ ਇਹਦੇ ਪਾਣੀ ਨਹੀਂ ਪਾਉਣ ਲੱਗਾ ਅਤੇ ਅਸੀਂ ਤਾਂ ਫਿਰ ਹਾਲਾ ਜੇ ਕੋਈ ਉਹ ਚਲਾਈ ਲੇਕਿਨ ਉਹ 10 ਦਿਨ ਬਾਅਦ ਪਾਣੀ ਵਿੱਚ ਚੱਲੇ ਕੋਈ ਮਸਲਾ ਮਸਾਇਲ ਨਹੀਂ ਦੂਜੇ ਇਹਦੇ ਆ ਫਾਲੇ ਸ਼ਾਲੇ ਜਿਹੜੇ ਨੇ ਦੂਜਿਆਂ ਦੇ 555 ਜਾਂ ਦੂਜੀਆਂ ਜਿਹੜੀ ਕੰਪਨੀ ਉਹਨਾਂ ਦੇ ਵੀ ਅੱਛੇ ਹੀ ਨੇ ਲੇਕਿਨ ਇਹਨਾਂ ਦੇ ਜਿਹੜੇ ਨੇ ਉਹ ਜ਼ਿਆਦਾ ਦੇਰ ਤੱਕ ਚੱਲਦੇ ਨੇ ਅਤੇ ਗਸਦੇ ਘੱਟ ਨੇ ਗਸਾਈ ਇਹਨਾਂ ਦੀ ਘੱਟ ਹੁੰਦੀ ਹੈ ਅਤੇ ਬਾਕੀ ਹੋਰ ਇਹਦਾ ਇਹ 820 ਜਿਹੜੇ ਟਰੈਕਟਰ ਉਹਨਾਂ 'ਤੇ ਹੈਂਡ ਗੇਅਰ ਵੀ ਹੈ ਰੂਟਰ ਸ਼ੂਟਰ ਵਾਸਤੇ ਜਿਹਨਾਂ 'ਚ ਗੇਅਰ ਕੋਈ ਨਹੀਂ ਮਤਲਬ ਫੀਏਟ ਹੋ ਗਿਆ ਜਾਂ ਰੂਸੀ 520 ਜਾਂ 510 ਹੈ ਉਹਨਾਂ ਜਿਹਨਾਂ 'ਚ ਗੇਅਰ ਅਲੱਗ ਅਲੱਗ ਲੋਡਰ ਜਾਂ ਦੂਜਾ ਕੋਈ ਨਹੀਂ ਉਹਨਾਂ ਨੂੰ ਤੰਗ ਤਾਂ ਨਹੀਂ ਹੈ ਕਰਦੀ ਜਾਂ ਫੀਏਟ ਮਗਰ ਵੀ ਕੋਈ ਨਹੀਂ ਮਸਲਾ ਨਹੀਂ ਕੋਈ ਨਹੀਂ ਮਸਲਾ ਮਸਾਇਲ ਡੋਨਟ ਵੀ ਹੁੰਦੇ ਨੇ ਉਹਨਾਂ 800 ਟਰੈਕਟਰ ਨਿਕਲੇ ਹੋਏ ਨੇ 820 ਇਹ 2 ਗੇਅਰ ਹੁੰਦੇ ਨੇ ਜ਼ਿਆਦਾ ਚੱਕਰ ਵਾਲਾ ਹੁੰਦਾ ਅਤੇ ਇਹ ਘੱਟ ਚੱਕਰ ਵਾਲਾ ਪਰ ਟਰੈਕਟਰ ਇੰਜਨ 'ਤੇ ਲੋਡ ਨਾ ਪਵੇ ਲੇਕਿਨ ਇਹ ਜਿਹੜਾ 60 ਵਾਲਾ ਹੀ ਬਣਾਉਂਦੇ ਨੇ ਉਹ ਕਹਿੰਦੇ ਇਹ ਫੁੱਲ ਚੱਕਰਾਂ 'ਤੇ ਵੀ ਰੱਖੋ ਕੋਈ ਲੋਡ ਛੋੜ ਨਹੀਂ ਪਾਉਣ ਲੱਗਾ ਅਤੇ ਬਾਕੀ ਉਹ ਦੂਜਾ ਲੋਡਿੰਗ ਇਸ ਤੋਂ ਹੁੰਦੇ ਨੇ ਬਾਅਦ ਜ਼ਿਆਦਾ ਕੋਈ ਹੈਵੀ ਜਿਹੜਾ ਨਹੀਂ ਤੁਸੀਂ ਪੱਕੀ ਜ਼ਮੀਨ ਹੈ ਅਤੇ ਉਹ ਇਸਤੇਮਾਲ ਕਰਨੀ ਹੈ ਤਾਂ ਉਹਦੇ ਵਿੱਚ ਤੁਸੀਂ ਲਾ ਵੀ ਸਕਦੇ ਹੋ ਲੇਕਿਨ ਇਹ ਮਸਲਾ ਕੋਈ ਨਹੀਂ ਉੱਡੀ ਛੁੱਡੀ ਹੈ ਜੀ ਆ ਅਤੇ ਹੋਰ ਪੱਕੀ ਦੀ ਬਾਕੀ ਦੇਖੋ ਨਾ ਇਹ ਬਿਲਕੁਲ ਪਤਲਾ ਹੈ ਠੀਕ ਹੈ ਜ਼ਿਆਦਾ ਇਹਦਾ ਵਜ਼ਨ ਨਹੀਂ ਇਹ ਜਦੋਂ ਪਹਿਲੇ ਦਿਨ ਆਈ ਅਸੀਂ ਵੇਖਿਆ ਬਿਲਕੁਲ ਇਹ ਪਲੇਟਾਂ ਜਿਹੜੀਆਂ ਨਾ ਇਹ ਹਲਕੀਆਂ ਨਾ ਜ਼ਿਆਦਾ ਵਜ਼ਨ ਨਹੀਂ ਲੇਕਿਨ ਮਜ਼ਬੂਤ ਬੜੀਆਂ ਨਾ ਹਾਂ ਇੱਥੇ ਹੁਣ ਅਗਲੇ ਦਿਨ ਰੂਟਾ ਵੇਟਰ ਆਈ ਆ ਤਾਂ ਸਪੈਸ਼ਲ ਬਣਵਾ ਕੇ ਆਉਂਦੀ ਹੈ ਐਡੀ ਐਡੀ ਮੋਟੀ ਮੋਟੀ ਪਲੇਟ ਹੈ ਅਤੇ ਉਹ ਅਸੀਂ ਜੀ ਇਹ ਬੜੀ ਆਈ ਹੈ ਅਤੇ ਉਹ ਵੇ ਹੈ ਲੇਕਿਨ ਜੀ ਲੋਹੇ ਹੱਥ ਲੱਗੇ ਆ ਉਹਨੂੰ ਮੋਟਾ ਲੱਗਿਆ ਆ ਬਸ ਉਹ ਨਹੀਂ ਆ ਜਾਂਦਾ ਲੇਕਿਨ ਕੁਛ ਤਕਲੀਫ ਵੀ ਹੁੰਦੀ ਹੈ ਲੋਹਾ ਸਾਰਾ ਲਾ ਕੇ ਪਿੱਛੇ ਵਜ਼ਨ ਇਤਨਾ ਹੋਵੇ ਤਾਂ ਟਰੈਕਟਰ ਵੀ ਛਿਕਣਾ ਉਹ ਚਾਉਣਾ ਸਾਰਾ ਹਿਸਾਬ ਕਿਤਾਬ ਲੈ ਜਾਣਾ ਤੇ ਹੁਣ ਇਹ ਬਿਹਤਰੀਨ ਉਹਨਾਂ ਮੈਨੇਜ ਕੀਤੀ ਹੈ ਬਾਕੀ ਇਹ ਨਜ਼ਰ ਆਉਂਦਾ ਹੈ ਪਿਆ ਸਾਰੇ ਵੇਖ ਸਕਦੇ ਨੇ ਕੋਈ ਮੋਟੀਆਂ ਨਹੀਂ ਇਹ ਵੀ ਵੇਖ ਸਕਦੇ ਹੋ ਬਿਲਕੁਲ ਜਿਹੜਾ ਨਹੀਂ ਪਤਲੀਆਂ ਪਤਲੀਆਂ ਨੇ ਪਲੇਟਾਂ ਲੱਗੀਆਂ ਲੇਕਿਨ ਮਜ਼ਬੂਤ ਬੜੀਆਂ ਨੇ ਇਹ ਵੇਖੋ ਨਾ ਅਗਰ ਕੋਈ ਚੁੱਕਣੀ ਵੀ ਹੋਵੇ ਨਾ ਲਾਈ ਹੈ ਵੇਖੋ ਤੇ ਇਹ ਬਿਲਕੁਲ ਜਿਹੜਾ ਨਹੀਂ ਉਹਨੇ ਪਤਲੀ ਹੈ ਲੇਕਿਨ ਮਜ਼ਬੂਤ ਬੜੀਆਂ ਨੇ ਅੱਜ ਤੱਕ ਕੋਈ ਸੀਲ ਵਗੈਰਾ ਇਹ ਪਿੱਛੇ ਸਪਰਿੰਗ ਵਗੈਰਾ ਇਹ ਐਡਜਸਟੇਬਲ ਨੂੰ ਇਹ ਤੁਸੀਂ ਹੈਡ ਤੋਂ ਜਿਹੜਾ ਨਹੀਂ ਕਰ ਸਕਦੇ ਹੋ ਟਾਪਾ ਵਗੈਰਾ ਵੀ ਜਿਹੜਾ ਨਹੀਂ ਆਪਣੇ ਇਹ ਬਿਲਕੁਲ ਜਿਹੜਾ ਸਪਰਿੰਗ ਨੂੰ ਨਾ ਇਹ ਵਰਕੇਬਲ ਨੂੰ ਇਹ ਦੁਨੀਆ ਦੇ ਜਿਹੜੀ ਆਮ ਲਾ ਛੱਡਦੇ ਨੇ ਇਹ ਵਰਕੇਬਲ ਨੂੰ ਇਹ ਸਹੀ ਚਲਦੀ ਵੀ ਹੁੰਦੀ ਹੈ ਨਾ ਗਾ ਨਹੀਂ ਫੇਰੀਦਾ ਪਿੱਛੇ ਆਰਾਮ ਨਾਲ ਕੋਈ ਇਹ ਜਿਹੜਾ ਨਹੀਂ ਮਾਰਟੀ ਫੋੜੇ ਨਹੀਂ ਬਣਾਉਂਦੀ ਸਹੀ ਪ੍ਰੈਸ ਕਰ ਕੇ ਜਿਵੇਂ ਆਰਾਮ ਨਾਲ ਇੱਕ ਸ਼ੇਪ ਤੇ ਲਿਉਂਦੀ ਹੈ ਜੇ ਸਰ ਸਵਾਗਾ ਮਗਰ ਹੁੰਦਾ ਹੈ ਨਾ ਉਹਦੀ ਜਗ੍ਹਾ ਤੇ ਵੀ ਹੈ ਜੇ ਜ਼ਿਆਦਾ ਲਾਉਣੀ ਹੈ ਜ਼ਿਆਦਾ ਲਾ ਲਓ ਟਾਪਾ ਉਤਾ ਕਰਨਾ ਉਤਾ ਰੱਖ ਲਓ ਤੇ ਬੜੀਆ ਜੀ ਅੱਛੀ ਪਰਫਾਰਮੈਂਸ ਹੈ ਓਵਰਆਲ ਸਾਡੇ ਕੋਲ ਚਲਦੀ ਪਈ ਅਸੀਂ ਇੱਕ ਚਲਦੀ ਵੇਖੀ ਆਈ ਤੇ ਉਹਦੇ ਲਵੇ ਕੇ ਅਸੀਂ ਵੀ ਮੁਤਾਸਰ ਹੋ ਕੇ ਤੇ ਲਈਏ ਤੇ ਮਾਸ਼ਾਅੱਲਾ 2 ਸਾਲ ਹੋ ਗਏ ਨੇ ਅੱਜ ਤੱਕ ਕੋਈ ਕਿਸੇ ਕਿਸਮ ਦਾ ਇੱਕ ਅਸੀਂ ਆਲ ਜਿਹੜਾ ਨਹੀਂ ਕਤਰੂ ਸਾਰਾ ਵੀ ਇਹ ਚੇਂਜ ਵੀ ਨਹੀਂ ਕੀਤਾ ਅਜੇ ਤੇ ਇਹ ਵੇਖ ਸਕਦੇ ਹੋ ਨਾ ਲਿਖਿਆ ਵੀ ਇਹ ਉਮਰ ਬੈਟਰ ਦੈਨ ਇਟਲੀ ਮਾਸ਼ਾਅੱਲਾ ਕੁਆਲਿਟੀ ਇਹਨਾਂ ਦੀ ਵਾਕੀ ਜਿਹੜੀ ਨਹੀਂ ਤੇ ਵਾਕੀ ਜਿਹੜਾ ਨਹੀਂ ਬੈਟਰ ਦੈਨ ਇਟਲੀ ਵੈ ਬਿਹਤਰੀਨ ਹੈ ਸਾਡੇ ਕੋਲ ਜੇ ਬਾਕੀ ਅਸੀਂ ਉੱਥੇ ਗਏ ਸੀ ਨਾ ਉਹ ਡਰਮ ਰੱਖਿਆ ਸ਼ੈਲ ਦੇ ਇਹ ਮੋਬਾਈਲ ਸੀਐਲ ਜਿਹੜਾ ਨਾ ਵੀ ਯੂਜ਼ ਕੀਤਾ ਹੋਇਆ ਨਾ ਇਹ ਸ਼ੈਲ ਦਾ ਯੂਜ਼ ਕੀਤਾ ਹੈ ਨਾ ਉਹ ਮੈਂ ਇੱਥੋਂ ਪੁੱਛਿਆ ਤਾਂ ਪਤਾ ਨਹੀਂ 1600 ਕਿ 2000 ਰੁਪਏ ਦਾ ਲੀਟਰ ਹੈ ਇਹਦਾ ਉਹ ਇਹਦੇ 'ਚ ਇਸਤੇਮਾਲ ਹੋਇਆ ਅਜੇ ਤੱਕ ਉਹਦਾ ਕਲਰ ਜਿਹੜਾ ਨਹੀਂ
ਅਨਸ਼ਾਈਨਿੰਗ ਹੈ ਉਹਦੇ ਵਿੱਚ ਸਹੀ ਹੋ ਗਿਆ ਹੁਣ ਅਸੀਂ ਇਹ ਚੇਂਜ ਹੋਣੇ ਆ ਪਰ ਕੀਤਾ ਕੋਈ ਨਾਮ ਹੀ ਹੋਵੇ ਮਸਲਾ ਕੋਈ ਨਹੀਂ ਠੀਕ ਹੈ ਅੱਜ ਦਾ ਜਿਹੜਾ ਵਲੌਗ ਹੈ ਉਹ ਇੱਥੇ ਖਤਮ ਕਰਦੇ ਹਾਂ ਅਤੇ ਮਿਲਾਂ ਦੇ ਨੈਕਸਟ ਵਲੌਗ 'ਚ ਸਾਰੇ ਬਾਈ ਲਾਈਕ ਕਰਿਆ ਸ਼ੇਅਰ ਕਰਿਆ ਸਬਸਕ੍ਰਾਈਬ ਕਰਿਆ ਤਾਂ ਕਿ ਹੋਰ ਵੀ ਤੁਹਾਨੂੰ ਇਨਫੋਰਮੇਟਿਵ ਵੀਡੀਓਜ਼ ਜਾਂ ਰੋਜ਼ ਸਾਡੀ ਰੂਟੀਨ ਹੈ ਵਲੌਗ ਉਹ ਮਿਲਦੇ ਰਹਿਣ ਮੌਸਮ ਵੀ ਖਰਾਬ ਹੈ ਬਾਰਿਸ਼ ਦੁਬਾਰਾ ਸ਼ੁਰੂ ਹੋ ਗਈ ਅਤੇ ਇਸ ਵਜ੍ਹਾ ਤੋਂ ਤੁਹਾਨੂੰ ਆਖਿਆ ਵਿਖਾ ਦੇਈ ਕੋਈ ਥੋੜ੍ਹੀ ਇਨਫੋਰਮੇਸ਼ਨ 'ਚ ਇਜ਼ਾਫਾ ਹੋ ਜਾਏਗਾ ਅਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ ਨੈਕਸਟ ਵੀਡੀਓ ਤੱਕ ਅੱਲਾ ਹਾਫਿਜ਼।